ਸਬਸਕ੍ਰਾਈਬ ਕਰੋ NC7 ਨਿਊਜ਼ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ। ਅੰਮ੍ਰਿਤਸਰ ਹਾਈਵੇ ਉੱਪਰ ਪਿੰਡ ਕਾਲਵਾ ਕੋਲ ਹਾਦਸੇ ਵਿੱਚ ਕਾਰ ਸਵਾਰ ਭੂਆ ਭਤੀਜੇ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜ਼ਿਲ੍ਹਾ ਲੁਧਿਆਣਾ ਦੇ ਜੋਧੇਵਾਲ ਦੇ ਸਰਬਜੀਤ ਸਿੰਘ ਉਮਰ 24 ਸਾਲ ਅਤੇ ਗੁਰਦੀਪ ਕੌਰ ਉਮਰ 60 ਸਾਲ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਕਰਤਾਰਪੁਰ ਦੇ SHO ਰਾਜੀਵ ਕੁਮਾਰ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਆਪਣੀ ਸੈਂਟਰੋ ਕਾਰ ਤੋਂ ਅੰਮ੍ਰਿਤਸਰ ਜਾ ਰਹੇ ਸਨ। ਪਿੰਡ ਕਾਲਵਾ ਕੋਲ ਨੈਸ਼ਨਲ ਅਥਾਰਿਟੀ ਅਧੀਨ ਇੱਕ ਨਿੱਜੀ ਕੰਪਨੀ ਦਾ ਕੇਅਰਟੇਕਰ ਟੈਂਕਰ ਡਰਾਈਵਰ ਨਰਿੰਦਰ ਸਿੰਘ ਵਾਸੀ ਕਪੂਰਥਲਾ ਰੋਜ਼ਾਨਾ ਦੀ ਤਰ੍ਹਾਂ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ। ਉਸਨੇ ਟੈਂਕਰ ਤੋਂ 25 ਤੋਂ 30 ਫੁੱਟ ਦੂਰੀ ਉੱਤੇ ਰਿਫਲੈਕਟਰ ਆਨ ਕੀਤੇ ਸਨ। ਕਾਰ ਦੀ ਤੇਜ਼ ਰਫਤਾਰ ਹੋਣ ਕਾਰਨ ਰਿਫਲੈਕਟਰ ਦੇ ਕੋਨ ਗੱਡੀ ਵਿੱਚ ਫਸ ਗਏ। ਕਾਰ ਸਿੱਧੀ ਟੈਂਕਰ ਵਿੱਚ ਵੱਜੀ ਅਤੇ ਕਾਰ ਸਵਾਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟੈਂਕਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਲਾਸ਼ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਇੱਥੇ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਦੱਸ ਦਿਓ। ਸਰ, ਮੈਂ ਥਾਣੇ ਬੈਠਾ, ਮੈਨੂੰ ਫੋਨ ਆ ਕੇ ਐਕਸੀਡੈਂਟ ਹੋ ਗਿਆ। ਜਦੋਂ ਮੈਂ ਮੌਕੇ 'ਤੇ ਆ ਕੇ ਦੇਖਿਆ ਅਤੇ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ। ਲੁਧਿਆਣੇ ਦੀ ਫੈਮਿਲੀ ਹੈ ਇਹ ਹੈਗੇ ਆ, ਇੱਕ ਗੁਰਦੀਪ ਕੌਰ ਆ ਜਿਹਦੀ ਉਮਰ 60 ਸਾਲ ਦੀ ਹੈਗੀ ਹੈ, ਅਤੇ ਇੱਕ ਇਹਨਾਂ ਦਾ ਭਤੀਜਾ ਸੀ ਸਰਬਜੀਤ ਸਿੰਘ, ਉਹ ਵੀ ਲੁਧਿਆਣੇ ਤੋਂ ਸੀਗਾ। ਦੋਨਾਂ ਦੀ ਸਪੋਟ 'ਤੇ ਡੈਥ ਹੋ ਗਈ ਹੈ। ਕੈਟਰ ਇੱਥੇ ਪਾਣੀ ਲਗਾ ਰਹੇ ਸੀਗੇ ਇੱਥੇ, ਅਤੇ ਉਹਨਾਂ ਜੋ ਪਿੱਛੋਂ ਗੱਡੀ ਆਈ ਹੈ ਉਹਦੇ ਨਾਲ ਉਹਦਾ ਐਕਸੀਡੈਂਟ ਹੋਣ ਕਰਕੇ ਇਹਨਾਂ ਦੋਨਾਂ ਦੀ ਮੌਕੇ 'ਤੇ ਡੈਥ ਹੋ ਗਈ ਹੈ। ਸਰ, ਇਹ ਜਿਹੜਾ ਕੈਂਟਰ ਖੜਾ ਹੋਇਆ ਸਰਕਾਰੀ ਕੈਂਟਰ ਸੀਗਾ? ਇਹ ਹਾਈਵੇ ਵਾਲਿਆਂ ਦਾ ਕੈਂਟਰ ਹੈ। ਅਤੇ ਇਹ ਕਦੋਂ ਦਾ ਖੜਾ ਹੋਇਆ ਸੀਗਾ ਜੀ? ਯਾਰ, ਖੜਾ ਪਾਣੀ ਲਗਾ ਰਿਹਾ ਸੀ ਜੀ। ਅੱਛਾ ਜੀ, ਹਾਂਜੀ ਹਾਂਜੀ। ਤੇ ਸਰ ਕੋਈ ਜਿੱਦਾਂ ਡਰਾਈਵਰ ਨੇ ਕੋਈ ਦੱਸਿਆ ਕੋਈ ਮੌਕੇ ਤੋਂ ਭੱਜ ਗਿਆ ਨਰਿੰਦਰ ਸਿੰਘ, ਪਤਾ ਲੱਗਿਆ ਨਰਿੰਦਰ ਸਿੰਘ ਡਰਾਈਵਰ ਜਾਂ ਮੌਕੇ ਤੋਂ ਭੱਜ ਗਿਆ? ਆਪਣੇ ਵੱਲੋਂ ਕੀ ਕਾਰਵਾਈ ਹੋਈ? ਉਹਨੇ ਕੇਸ ਰਜਿਸਟਰ ਕਰਕੇ ਡਰਾਈਵਰ ਫੜਕੇ ਜੋ ਕਾਰਵਾਈ ਬਣਦੀ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ।